हाँ जी नींबू नींबू। वीडियो नू पूरा देखियो टिल एंड तक, बहुत मजा आएगा। क्या बात है, खांदे हुए भी दिखावांगे, जगह भी लोकेशन भी दसांगे। आ की करन लगे भाई? हरी मिर्च। क्या बात, क्या बात है। ठीक है जी, ठीक है जी। ਮੈਨੂੰ ਕਹਿੰਦਾ ਕੈਮਰਾ ਤਿਆਰ ਰੱਖੋ, ਮੈਂ ਆ ਗਿਆ, ਮੈਂ ਆ ਗਿਆ, ਮੈਂ ਆ ਗਿਆ। ਤੇ ਉਹਨਾਂ ਦੇ ਭੈਣਾਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਨਮਸਕਾਰ, ਨਮਸਕਾਰ, ਸਤਿ ਸ੍ਰੀ ਅਕਾਲ, ਸ਼ਦਾਬ, ਅਦਾਬ, ਅਦਾਬ, ਸ਼ਦਾਬ ਹਿੰਦੁਸਤਾਨ। ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਵਧੀਆ ਜਗ੍ਹਾ ਤੇ, ਆਪਣੀ ਦੁਕਾਨ ਹੀ ਸਮਝ ਲਓ ਇੱਕ ਤਰੀਕੇ ਦੀ। ਭਾਜੀ ਬਹੁਤ ਹੀ ਜ਼ਿਆਦਾ ਵਧੀਆ, ਆਪਣੇ ਆਪਣੇ ਨਾਲ ਬਹੁਤ ਜ਼ਿਆਦਾ ਹਸਮੁੱਖ ਆ। ਸਾਹਮਣੇ ਪਹਿਲੇ ਇਹਨਾਂ ਦਾ ਸਟਾਲ ਹੁੰਦਾ ਸੀ, ਇੱਥੇ ਉਹ, ਇੱਥੇ ਨਹੀਂ ਉਹ, ਸਾਹਮਣੇ ਗੱਡੀ ਖੜੀ ਇੱਥੇ ਉੱਥੇ। ਤੇ ਹੁਣ ਭਾਜੀ ਨੇ ਗੁਰੂ ਕਿਰਪਾ ਭੋਜਨਾਲੇ ਆ, ਬਹੁਤ ਵੱਡਾ ਗੁਰੂ ਕੀ ਕਿਰਪਾ ਹੋ ਗਈ, ਸੱਚੀ ਗੁਰੂ ਦੀ ਕਿਰਪਾ ਹੋ ਗਈ ਭਾਈ ਤੇ। ਤੇ ਭਾਈ ਨੇ ਰੇਟ ਵੀ ਚੱਕਤੇ ਆ, ਭਾਈ ਨੂੰ ਵੀ ਚੱਕੇ ਜਾ ਕੇ। ਠੀਕ ਹੈ, ਠੀਕ ਹੈ, ਠੀਕ ਹੈ, ਚਲੋ ਚਲੋ ਚੱਲਦੇ ਆ ਜੀ। ਲਓ ਜੀ, ਬਾਕੀ ਧੁੱਪ ਬੜੀ ਤਿੱਖੀ ਪੈ ਰਹੀ ਆ, ਗਰਮੀਆਂ ਦਾ ਸੀਜ਼ਨ ਆ ਚੁੱਕਾ ਆ, ਧੁੱਪ ਸਕਾਉਂਦੇ ਆ ਸਭ ਲੋਕਾਂ ਨੂੰ। ਹਾਂ, ਤੋ ਅੱਜ ਆਪਾਂ ਪਹੁੰਚੇ ਆ ਸਰਾਜਾ ਚੌਂਕ, ਬਿਹਾਰੀ ਪਕੌੜੇ ਵਾਲੇ ਤੇ ਬਿਲਕੁਲ ਨਾਲ ਫੇਮਸ ਦੁਕਾਨ ਹੀ ਆ ਗੁਰੂ ਕਿਰਪਾ। ਕੋਈ ਚੱਕਰ ਨਹੀਂ, ਓਕੇ ਓਕੇ। ਤੋ ਸਰਾਜਾ ਚੌਂਕ ਚ ਆਓ ਤੇ ਇਹਨਾਂ ਦਾ ਗੁਰੂ ਕਿਰਪਾ ਵਾਲਿਆਂ ਦਾ ਚਲੋ ਜੈਕ ਕੁਲਚਾ ਉੱਤੇ ਮੱਠੀ ਪਾ ਕੇ ਖਾਓ। ਕਿਆ ਬਾਤ, ਭਾਈ ਅਸੀਂ ਤੁਹਾਨੂੰ ਪੁੱਛਿਆ ਨਹੀਂ, ਵੀਡੀਓ ਬਣਾ ਸਕਦੇ ਹਾਂ? ਨਹੀਂ ਨਹੀਂ, ਪੁੱਛਣਾ ਜ਼ਰੂਰੀ ਹੈ ਜੀ। ਥੈਂਕ ਯੂ ਜੀ। ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ? ਇੱਥੇ ਹੋ ਗਿਆ ਸਾਲ, 3-4-5 ਸਾਲ ਹੋ ਗਏ। ਨਹੀਂ ਤੁਹਾਨੂੰ ਖਾਂਦੇ ਨੂੰ, ਮੈਂ ਕਿਹਾ 10 ਮਿੰਟ ਹੋ ਗਏ। 10 ਮਿੰਟ ਹੋ ਗਏ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਵੈਸ਼ਨੂੰ ਹੈ ਭਾਈ ਦਾ, ਪਿਆਰ ਜਿਹੜਾ ਖਿੱਚ ਕੇ ਆਉਂਦੇ ਹੁੰਦੇ ਇੱਥੇ, ਭਾਈ ਦਾ ਬਿਹੇਵ ਤੇ ਭਾਈ ਨਾਲ ਦੀ ਗੱਲਬਾਤ ਕਰਦੇ ਆ, ਤੁਹਾਨੂੰ ਦਿਖਾਉਂਦੇ ਆ ਭਾਜੀ ਕੀ ਸਪੈਸ਼ਲ ਚੀਜ਼ਾਂ ਬਣਾਉਂਦੇ ਆ, ਕਿੱਦਾਂ ਖਵਾਉਂਦੇ ਆ, ਹੱਥਾਂ ਨਾਲ ਨਹੀਂ ਖਵਾਉਂਦੇ, ਉਦੋਂ ਦਾ ਬਣਾ ਕੇ ਦੇ ਦਿੰਦੇ ਆ। ਤੇ ਆਓ ਹੁਣ ਤੁਹਾਨੂੰ ਦੇਖਦੇ ਆ। ਭਾਜੀ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਤੇ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀਗੇ? ਸਰ ਜੀ ਮੈਨੂੰ ਥੋੜ੍ਹਾ ਉੱਚੀ ਬੋਲਿਓ। ਹਾਂਜੀ, ਮੈਨੂੰ ਘੱਟੋ ਘੱਟ 20-22 ਸਾਲ ਹੋ ਗਏ ਆ ਇਸੇ ਲਾਈਨ ਦੇ ਵਿੱਚ ਹੀ। ਅੱਛਾ ਜੀ। ਪਹਿਲਾਂ ਮੈਂ ਇੱਧਰ ਘੁੰਮ ਕੇ ਲਾਉਂਦਾ ਹੁੰਦਾ ਸੀਗਾ। ਅੱਛਾ ਜੀ, ਸ਼ਹਿਰ 'ਚ। ਉਸ ਤੋਂ ਬਾਅਦ ਮੈਂ ਹੌਲੀ ਹੌਲੀ ਉਹ ਸਾਹਮਣੀ ਸਾਈਡ ਦੇ ਉੱਤੇ ਜਿੱਥੇ ਗੱਡੀ ਖੜੀ ਆ ਇੱਥੇ ਲਾ ਲਾ 5 ਸਾਲ ਮੈਂ ਉੱਥੇ ਲਾਈ ਆ। ਅੱਛਾ ਜੀ। ਉਸ ਤੋਂ ਬਾਅਦ ਮੈਨੂੰ ਸਾਲ ਹੋਇਆ ਇੱਕ ਸ਼ੋਪ ਆਈ ਨੂੰ ਜੀ। ਓਕੇ, ਤੇ ਸਰ ਰਿਸਪੌਂਸ ਕੀ ਮਿਲਿਆ ਤੁਹਾਨੂੰ? ਰਿਸਪੌਂਸ ਬਹੁਤ ਵਧੀਆ ਮਿਲਿਆ ਜੀ। ਤੇ ਆਪਣੇ ਕੋਲ ਕੀ ਕੀ ਹੁੰਦਾ ਜੀ? ਆਪਣੇ ਕੋਲ ਭਾਜੀ ਇੱਕ ਪਿੱਜ਼ਾ ਕੁਲਚਾ ਹੁੰਦਾ ਸਪੈਸ਼ਲ। ਅੱਛਾ ਜੀ। ਤੇ ਥੋੜੀ ਛੋਲੇ ਆ ਗਏ, ਮੱਠੀ ਛੋਲੇ ਹੁੰਦੇ ਆ। ਕੀ ਬਾਤ ਹੈ, ਛੋਲੇ ਆ ਗਏ, ਮੱਠੀ ਚਨੇ ਹੁੰਦੇ ਆ। ਠੀਕ ਹੈ ਜੀ। ਤੇ ਚਾਵਲ ਛੋਲੇ ਹੁੰਦੇ ਆ, ਆ ਚਾਵਲ ਹੁੰਦੇ ਜੀ। ਅੱਛਾ ਜੀ। ਤੇ ਨਾਲ ਉਹ ਹੁੰਦੇ ਆ ਤੁਹਾਡਾ ਕੁਲਚਾ ਗਰਮ ਹੋ ਰਿਹਾ ਜੀ, ਕੀ ਬਣਾਉਣ ਲੱਗੇ ਭਟੂਰੇ ਵੀ ਆ ਗਏ ਆ, ਦੇਖੋ ਕਿਆ ਬਾਤ ਹੈ, ਭਟੂਰੇ ਇੱਥੇ ਬਣਦੇ ਆ, ਫਰੈਸ਼ ਆਇਲ ਦੇ ਹੁੰਦੇ ਭਟੂਰੇ, ਇੱਥੇ ਬਣਦੇ ਆ। ਹਾਂ, ਜਿੱਥੇ ਬਣਦੇ ਜੀ। ਠੀਕ ਹੈ ਜੀ। ਲਓ ਜੀ, ਪਿੱਜ਼ਾ ਕੁਲਚਾ ਭਾਜੀ ਨੇ ਜਿਹੜਾ ਕੁਲਚਾ ਉਹ ਚਨਿਆਂ ਦੇ ਵਿੱਚ ਪਾਤਾ ਹੈ, ਭਿਗੋਤਾ ਹੈ। ਤੇ ਹੁਣ ਭਾਜੀ ਸਾਨੂੰ ਪਲੇਟ ਦੇ ਵਿੱਚ ਰੈਡੀ ਕਰੂਗੇ। ਕਿਆ ਬਾਤ ਹੈ, ਸਪੈਸ਼ਲ ਪਲੇਟ ਲਿਆਈ ਜੀ, ਸਪੈਸ਼ਲ ਭਿੱਜੇ ਕੁਲਚੇ ਲਈ। ਹਾਂਜੀ ਸਰ, ਭਿੱਜੇ ਕੁਲਚੇ ਲਈ ਸਪੈਸ਼ਲ ਪਲੇਟ ਹੈ ਜੀ ਇਹ, ਆਹ ਕੁਲਚਾ ਆਉਣ ਲੱਗਾ, ਆ ਗਿਆ ਜੀ। ਕਿਆ ਬਾਤ ਹੈ, ਭਾਜੀ ਕੋਈ ਵੀ ਰਹਿਣਗੇ, ਭਾਜੀ ਵੀ ਆ ਗਏ, ਭਾਜੀ ਫੇਰ ਆ ਗਏ। ਕਿਆ ਬਾਤ ਹੈ, ਭਾਜੀ ਲਈ ਵੀ ਲਾਓ ਇੱਕ ਭਾਜੀ। ਕਿਵੇਂ ਹੋਗੇ ਭਾਜੀ, ਇਹ ਚਟਨੀ ਪਾਈ ਭਾਜੀ, ਇਮਲੀ ਵਾਲੀ, ਇਮਲੀ ਵਾਲੀ ਚਟਨੀ ਪਾਤੀ ਭਾਜੀ ਨੇ। ਹੋਰ ਕੀ ਪੈਣਾ ਸਰ? ਹੁਣ ਆਹ ਕੋਈ ਮੱਠੀ ਜੀ, ਆ ਮੱਠੀ, ਹਾਂਜੀ ਠੀਕ ਹੈ ਜੀ, ਮੱਠੀ ਪਾਓ ਸਰ। ਇਹ ਬਹੁਤ ਕ੍ਰਿਸਪੀ ਹੁੰਦੀ ਜੀ। ਅੱਛਾ, ਇਹਨੂੰ ਵੱਡੇ ਵੱਡੇ ਪੀਸ ਕਰਕੇ ਪਾਣੀ ਪੈਂਦੀ ਆ ਰੱਖੋ ਜੀ। ਓਕੇ ਜੀ, ਕੱਟ ਕੱਟ ਕਰਕੇ ਪੈਂਦੀ ਹੈ।
ਠੀਕ ਹੈ ਜੀ ਨੂੰ ਪਾਤੀ ਯਾਰ ਕੋ ਪਿਆ ਜੀ ਪਿਆਜ ਤੇ ਧਨੀਆ ਹੈ ਠੀਕ ਹੈ ਜੀ ਤੇ ਆ ਗਿਆ ਟਮਾਟਰ ਟਮਾਟਰ ਜੀ ਕੀ ਬਾਤ ਹੈ ਜੀ ਤੇ ਆ ਗਿਆ ਅਚਾਰ ਅਚਾਰ ਜੀ ਗਾਜਰਾਂ ਮੂਲੀਆਂ ਦਾ ਗਾਜਰ ਮੂਲੀ ਦਾ ਅਚਾਰ ਤੇ ਆ ਗਈ ਹਰੀ ਚਟਨੀ ਹਰੀ ਚਟਨੀ ਪੁਦੀਨੇ ਵਾਲੀ ਕੀ ਬਾਤ ਹੈ ਜੀ ਮਜ਼ੇਦਾਰ ਚੀਜ਼ ਰਿਕਾਰਡਿੰਗ ਸ਼ੁਰੂ ਹੋ ਗਈ ਹੈ सो लो जी आप हूँ खाण लगे हैं भिजा कुलचा जोड़ा भिजा हो ठीक है हूँ सू खा के दिखाने भिजा कुलचा तो कि स्वाद है यदा की आ की नहीं आ सब कुछ खाने तो बाद दसा हम आप भाई ने कि बनाया उवाद अलग चीज़ है यार ये अलग चीज़ मस्त ट्राई जो हुशियारपुर वाले है तो मस्त ट्राई बहर वाले है फिर भी हुशियारपुर आओ तो कुलचा जरूर खाओ सराजा चौंक के जो मर्जी पूछ लिया भिजा कुलचा हुशियारपुर कितने मशहूर है थानू आप ही डायरेक्शन मिल जानी इतने पहुँचने की इन्ना कहना बस सराजा चौंक जान ही बोलना खाना भी है ना ज्यादा मसाला अचार ना कुछ बहुत बढ़िया मेरे दो चार गल्लां कर रहे थे की कह रहे थे दसो मेनू मैं कोई वीडियो पैंदी है तो ओदा तुहानू रिस्पोंस मिलदा कि नहीं मिलदा जो कोई वीडियो पैंदी है ओदा बेनिफिट जरूर हुंदा जी ठीक है जी जिदा पहले भी साडे कोल पहलो अश्विन शर्मा जी आए थे ओदा बहुत फर्क पिया और बाद विच अरोड़ा साहब दो बारी एमएलए साहब साडे आए थे ओके ते उहनां नाल भी ओ वीडियो देखण नाल बहुत ज्यादा मकी लोक फर्क पिया लगा भाजी कुछ दुकानदार है सानू मना कर दिंदे आ ओदा कोई हल दसो बिकॉज़ मुदा मना नहीं करना चाहिदा क्योंकि ये बहुत अच्छी चीज आ क्योंकि सोशल मीडिया दा जमाना वा क्योंकि लोग आप कहते कि साडा कोई मकी प्रचार करे ਇਹ ਕਿ ਨਹੀਂ ਉਹ ਮੈਂ ਕਹਿੰਦਾ ਲੋਕ ਬੇਸਮਝੀ ਹੈ ਜਿਹੜੀ ਇਹ ਗੱਲ ਕਰ ਦਿੰਦੇ ਕਿ ਅਸੀਂ ਵੀਡੀਓ ਕਿ ਨਹੀਂ ਬਣਵਾਉਣੀ ਆ ਨਹੀਂ ਪਾਣੀ ਹੈਗੀ ਆ ਇਹ ਉਹਨਾਂ ਨੂੰ ਉਹਨਾਂ ਦਾ ਬੈਨੀਫਿਟ ਆ ਠੀਕ ਹੈ ਭਾਜੀ ਥੈਂਕ ਯੂ ਭਾਜੀ ਕੰਸੈਂਟਰੇਸ਼ਨ ਸਿਰਫ ਖਾਣ ਦੇ ਵਿੱਚ ਹੀ ਹੈ ਆਹ ਦੇਖੋ ਉਂਗਲਾ ਵੀ ਚੱਟੀ ਜਾਂਦਾ ਸਵਾਦ ਮਤਲਬ ਨੈਕਸਟ ਲੈਵਲ ਹੈ ਕੀ ਬਾਤ ਹੈ ਤੇ ਹੁਣ ਸਾਰਿਆਂ ਨੂੰ ਕੀ ਅਪੀਲ ਕਰ ਦਿਓ ਇੱਕ ਵਾਰੀ ਦੇਖੋ ਹੁਣ ਤੁਹਾਡੇ ਕਰਕੇ ਆਪਾਂ ਦੁਬਾਰਾ ਤੋਂ ਵੀਡੀਓ ਜਾਣਾ ਸ਼ੁਰੂ ਕਰਤਾ ਆ सो प्लीज़ साडी वीडियो नू लाइक करो शेयर करो ठीक है कि इदा दा फूड खाना चाहते हो तो चाचू ना कॉन्टैक्ट करो कट्ठे वीडियो बनावांगे कट मिल के आना चाहता था जी सद के ही है तो वीडियो में शेयर कर दिया करो पता ही गल आ करके आप वीडियो बनाने पे हैं तुम देखते हो उस तो मज़ा आता ही आता हूँ कोई होर देखूगा वह भी चटकारे मारूगा इतने आके वधिया वधिया कहूगा इतने आगे जो भाई तुम कहूगा ना वो इदा समझो मैं भेजा ਉਹ ਕੋ 10 ਰੁਪਏ ਐਕਸਟਰਾ ਲੈਣੇ ਮੇਰੇ ਖਲੜੇ ਖਾੜ ਤੇ ਉਹ ਸੌਰੀ ਬਿਜ਼ਨਸ ਦੀ ਗੱਲਾਂ ਚੱਲ ਪਈਆਂ ਚਲੋ ਮਜ਼ਾਕ ਆਪਣੀ ਜਗ੍ਹਾ ਹੈ ਬਾਕੀ ਕੁਲਚਾ ਬਹੁਤ ਜ਼ਿਆਦਾ ਵਧੀਆ ਹੈ ਹੁਸ਼ਿਆਰਪੁਰ ਦਾ ਬਹੁਤ ਮਸ਼ਹੂਰ ਆ ਅਤੇ ਹੁਣ ਜਾਂਦੇ ਹਨ ਤੁਹਾਨੂੰ ਇਹੀ ਕਹਾਂਗੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਓ ਠੀਕ ਹੈ ਸਤਿਕਾਰ ਦਿਓ ਅਤੇ ਇੱਦਾਂ ਦੀ ਵੀ ਨਵੀਂ ਨਵੀਂ ਵੀਡੀਓ ਤੁਹਾਡੇ ਮੂਹਰੇ ਲੈ ਕੇ ਆਪਾਂ ਆਉਂਦੇ ਰਵਾਂਗੇ ਚਾਚੂ ਨਾਲ ਚਾਚੂ ਦਾ ਖਾਂਦੇ ਨੇ ਚਾਚੂ ਦੀ ਦਾੜ ਆ ਕਹਿੰਦੇ ਆ ਰਹੀ ਹੈ ਪਤਾ ਨਹੀਂ ਜਾ ਰਹੀ ਹੈ ਬੁੱਢੇ ਹੋ ਗਏ ਕੀ ਹੋ ਗਿਆ ਇਹ ਅਕਲ ਦਾੜ ਆ ਰਹੀ ਆ ਅਕਲ ਦਾੜ ਆ ਰਹੀ ਚਾਚੂ ਦੀ ਇਹ ਉਮਰ ਚੱਕਲਾਂ ਦਾੜਾ ਆਉਂਦੀਆਂ ਪਈਆਂ ਹੁਣ ਦੇਖ ਲਓ ਬੰਦਾ ਕਿੱਥੇ ਜਾਊਗਾ ਚਲੋ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਨੂੰ ਪਿਆਰ ਦੇਣ ਵਾਸਤੇ ਮੈਨੂੰ ਵੀ ਪਿਆਰ ਦੇ ਦਿਓ ਚੰਗਾ ਟਾਟਾ ਟੇਕ ਕੇਅਰ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੈ ਜੈ